Guru. Nanak de
इस तरीके नाल जपो उच्ची बोल के अपने आप नूं सुनना जपो वाहिगुरु 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 जपो वाहिगुरु वाहिगुरु जपो वाहिगुरु 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 ਨਾਲ ਕੀ ਹੁੰਦਾ ਏ ਜਪਣ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ ਸੁਣਿਆ ਦੁੱਖ ਪਾਪ ਕਾ ਨਾਸ ਉੱਥੇ ਨਾਮ ਦੇ ਪ੍ਰਤਾਪ ਦੇ ਨਾਲ ਜਮਦੂਤ ਵੀ ਦੂਰ ਭੱਜ ਜਾਂਦੇ ਕੁਝ ਵਿਗਾੜ ਨਹੀਂ ਸਕਦੇ ਪ੍ਰਤਾਪ ਤੁਹਾਰਾ ਦੇਖ ਕੇ ਜਮਦੂਤ ਛੱਡ ਜਾਏ ਪਿਆਰ ਨਾਲ ਵਾਹਿਗੁਰੂ 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 ਸਾਰੇ ਵਾਹਿਗੁਰੂ 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 Thank you.
Sabda
ਸੱਚਾ ਨਾਲ ਸਾਰੇ ਕੰਮ ਹੋ ਜਾਂਦੇ ਨੇ, ਪਰ ਨਾਮ ਜਪਣਾ ਬਹੁਤ ਔਖਾ ਹੈ। ਸੇ ਸਿਮਰੈ ਜਿਨ ਆਪ ਸਿਮਰੈ, ਕੋਈ ਸਿਮਰਦਾ ਏ ਜਿਸਨੂੰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਜਪਾਉਂਦੇ, ਆਪ ਜਪਾਏ ਜਪੈ ਸੋਨ। ਕਿਉਂਕਿ ਮਾਇਆ ਦੇ ਪ੍ਰਭਾਵ ਨੇ ਮਨੁੱਖ ਨੂੰ ਗ੍ਰਸਤ ਕੀਤਾ ਹੈ। ਮਾਇਆ ਤੋਂ ਭਾਵ ਪੈਸਾ ਹੀ ਨਹੀਂ, ਗ੍ਰਸਤ ਜੀਵਨ, ਰੰਗ ਤਮਾਸ਼ੇ, ਕਾਰਾਂ ਘਰ, ਕਾਰੋਬਾਰ, ਐਸ਼ੋ ਆਰਾਮ, ਵਿਕਾਰ ਸਭ ਮਾਇਆ ਦਾ ਵਸਾ। ਮਾਇਆ ਜਿਸਦੇ ਦੰਦ ਵੀ ਨਹੀਂ, ਬਿਨਾਂ ਦੰਦਾਂ ਤੋਂ ਜਗਤ ਨੂੰ ਖਾਈ ਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਕਿਹਨਾਂ ਨੂੰ ਖਾਧਾ ਹੈ? ਜੋ ਮਨ ਦੀ ਮਰਜ਼ੀ ਕਰਦੇ ਸਨ, ਜੋ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜੀਂਦੇ ਸਨ, ਉਹ ਬਚ ਗਏ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾ। ਨਹੀਂ ਤਾਂ ਬਿਨ ਨਾਮ ਹੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਹੈ। ਸਾਰਾ ਸੰਸਾਰ ਨਾਮ ਤੋਂ ਬਿਨਾਂ ਕਮਲਾ ਹੋਇਆ ਫਿਰਦਾ। ਟੈਨਸ਼ਨ ਸਟ੍ਰੈਸ ਦੁੱਖਾਂ ਨੇ ਘੇਰਿਆ ਹੋਇਆ ਹੈ। ਅਗਰ ਨਾਮ ਦਾ ਸੁੱਖ ਹੋਵੇ, ਆਤਮਕ ਆਨੰਦ ਹੋਵੇ, ਤਾਂ ਦੁੱਖ ਵੀ ਦੁੱਖ ਨਹੀਂ ਲੱਗਦਾ। ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਕਾਰੋਬਾਰ ਕਰਦਿਆਂ ਇਹ ਅਮੋਲ ਕੀਮਤੀ ਜਨਮ ਇਸਨੇ ਗਵਾ ਲਿਆ। ਸਵਾਸ ਐਵੇਂ ਵਿਅਰਥ ਚੱਲ ਗਏ, ਜਲ ਜਾਉ ਜੀਵਨ ਨਾਮ ਬਿਨਾ। ਇਹ ਜੀਵਨ ਇਹ ਸਵਾਸ ਜਲ ਗਏ, ਖਤਮ ਹੋ ਗਏ ਨਾਮ ਜਪੇ ਤੋਂ ਬਿਨਾ। ਜਿਨ੍ਹਾਂ ਸਵਾਸਾਂ ਨਾਲ ਨਾਮ ਜਪਿਆ ਉਹ ਹੀ ਸਫਲੇ ਹੋਏ। ਪਿਆਰ ਨਾਲ ਜਪੀਏ ਮੇਰੇ ਸਤਿਗੁਰੂ ਜੀ ਕੀ ਪ੍ਰੇਰਣਾ ਦਿੰਦੇ। ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ 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 ਸਾਰੇ ਵਾਹਿਗੁਰੂ ਉੱਚੀ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ
Amen.
ਦਸਵੇਂ ਕਾ ਹੁਕਮ ਪਿਆ ਫਿਰ ਸਤਿਗੁਰ ਚੇਤਿਆ ਨ ਜਾਏ ਤੁਰ ਕਸਵੇਂ ਕਾ ਹੁਕਮ ਪਿਆ ਫਿਰ ਸਤਿਗੁਰ ਚੇਤਿਆ ਨ ਇਸ ਨੂੰ ਦੇ ਜਿਸ ਨੂੰ
ਇਸੇ ਤਰ੍ਹਾਂ ਦੋ ਜਕਾਰੇ ਸਾਰੇ ਬੱਚੇ ਮਿਲ ਕੇ ਬੋਲਣ ਅਤੇ ਸਾਰੀ ਸੰਗਤ ਜਵਾਬ ਦੇਵੇ, ਸਾਰੇ ਬੱਚੇ। ਵਾਹਿਗੁਰੂ ਉੱਚੀ, ਵਾਹਿਗੁਰੂ ਉੱਚੀ, ਵਾਹਿਗੁਰੂ